ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਲੋਟ ਲਾਈਵ ਤੇ ਮੈਂ ਹਾਂ ਰਾਮ ਕੁਮਾਰ ਸੋ ਦੀਵਾਲੀ ਦੇ ਸ਼ੁਭ ਮੌਕੇ ਤੇ ਅਸੀਂ ਮਲੋਟ ਦੇ ਬਾਜ਼ਾਰਾਂ ਦੀਆਂ ਕਿਹੜੇ ਦੁਕਾਨਾਂ ਦੇ ਵਿੱਚ ਕਿੱਥੇ ਕਿਹੜੀਆਂ ਆਫਰਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਇਸ ਵੇਲੇ ਮੈਂ ਆਇਆ ਹੋਇਆ ਮਲੋਟ ਦੇ ਸ਼ਿਵਾ ਰੈਫਰਿਜਰੇਸ਼ਨ ਤੇ ਜਿਹੜੇ ਕਿ ਓਲਡ ਤਹਿਸੀਲ ਰੋਡ ਤੇ ਸਾਹਮਣੇ ਰਾਜੀ ਚੱਕੀ ਤੇ ਇਲੈਕਟ੍ਰੋਨਿਕ ਸ਼ੋਰੂਮ ਹੈ ਤਾਂ ਤੁਸੀਂ ਇਸ ਵੇਲੇ ਮਸ਼ਰੂਫ ਹੋਵੋਗੇ ਆਪਣੇ ਘਰ ਦੀਆਂ ਸਫਾਈਆਂ ਕਰਨ ਦੇ ਵਿੱਚ ਤਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਆਫਰਸ ਇਲੈਕਟ੍ਰੋਨਿਕ ਸ਼ੋਰੂਮਸ ਤੇ ਹੁੰਦੀਆਂ ਨੇ ਤਾਂ ਜੇਕਰ ਤੁਸੀਂ ਕੋਈ ਵੀ ਇਲੈਕਟ੍ਰੋਨਿਕਸ ਦਾ ਕੋਈ ਪ੍ਰੋਡਕਟ ਖਰੀਦਣਾ ਚਾਹੁੰਦੇ ਹੋ ਜੇਕਰ ਤੁਸੀਂ ਕੋਈ ਵਾਸ਼ਿੰਗ ਮਸ਼ੀਨ ਜਾਂ ਫਿਰ ਤੁਸੀਂ ਕੋਈ ਐਲਈਡੀ ਜਾਂ ਹੋਰ ਕੋਈ ਇਲੈਕਟ੍ਰੋਨਿਕ ਦਾ ਪ੍ਰੋਡਕਟ ਖਰੀਦਣਾ ਚਾਹ ਰਹੇ ਹੋ ਤਾਂ ਇਹ ਬਹੁਤ ਸਹੀ ਸਮਾਂ ਹੈ ਸੋ ਆਪਣੇ ਨਾਲ ਇਸ ਵੇਲੇ ਓਨਰ ਨੇ ਸ਼ਿਵਾ ਇਲੈਕਟ੍ਰੋਨਿਕਸ ਤੋਂ ਰਾਹੁਲ ਕੁਮਾਰ ਜੀ ਸੋ ਇਹਨਾਂ ਨਾਲ ਇੰਟਰੋਡਿਊਸ ਹੋਣੇ ਆ ਸਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਹੁਲ ਕੁਮਾਰ ਸ਼ਿਵਾ ਰੈਫਰਿਜਰੇਸ਼ਨ ਮਲੋਟ ਤੋਂ ਸੋ ਆਓ ਅੱਜ ਤੁਹਾਨੂੰ ਇਲੈਕਟ੍ਰੋਨਿਕ ਪ੍ਰੋਡਕਟ ਬਾਰੇ ਜਾਣਕਾਰੀ ਦੇਵਾਂਗੇ ਨਾਲ ਹੀ ਨਾਲ ਕੀ ਆਫਰਸ ਚੱਲ ਰਹੀਆਂ ਨੇ ਸੋ ਸਾਰੀ ਮਾਰਕੀਟ ਨਾਲੋਂ ਸਾਡੇ ਪ੍ਰਾਈਸਿੰਗ ਬਿਲਕੁਲ ਘੱਟ ਹੁੰਦੇ ਨੇ ਸੋ ਸਰ ਰਾਹੁਲ ਸਰ ਸੌਰੀ ਮੈਂ ਤੁਹਾਨੂੰ ਇੱਕ ਵਾਰ ਜੀ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਹ ਟਰਾਲੀ ਬੈਗਸ ਤੁਸੀਂ ਰੱਖੇ ਹੋਏ ਆ ਨਾਲ ਇਹ ਸਮਾਨ ਤੁਸੀਂ ਡਿਸਪਲੇ ਕੀਤਾ ਹੋਇਆ ਆਪਾਂ ਇਹਨਾਂ ਦੀ ਗੱਲ ਕਰਾਂਗੇ ਟਰਾਲੀ ਬੈਗਸ ਤੁਸੀਂ ਰੱਖੇ ਆ ਜੀ ਜੀ ਇਹ ਰਾਮ ਜੀ ਸਾਡੇ ਕੋਲੇ ਕੋਈ ਵੀ ਤੁਸੀਂ ਫੁੱਲੀ ਆਟੋਮੈਟਿਕ ਕਿਸੇ ਵੀ ਕੰਪਨੀ ਦੀ ਫੁੱਲੀ ਆਟੋਮੈਟਿਕ ਮਸ਼ੀਨ ਲੈਣੇ ਹੋ ਤਾਂ ਉਸ ਦੇ ਨਾਲ ਅਸੀਂ ਇੱਕ ਟਰਾਲੀ ਬੈਗ ਸਫਾਰੀ ਕੰਪਨੀ ਦਾ ਬਿਲਕੁਲ ਫ੍ਰੀ ਦੇ ਰਹੇ ਹਾਂ ਤੁਹਾਨੂੰ ਜਿਹਦੀ ਕੀ ਹੈ 3 ਈਅਰ ਇੰਟਰਨੈਸ਼ਨਲ ਵਾਰੰਟੀ ਹੈ ਠੀਕ ਹੈ ਕੋਈ ਵੀ ਫੁੱਲੀ ਆਟੋਮੈਟਿਕ ਕਿਸੇ ਵੀ ਕੰਪਨੀ ਦੀ ਸਾਡੇ ਤੋਂ ਪਰਚੇਜ਼ ਕਰੋ ਨਾਲ ਹੀ ਟਰਾਲੀ ਬੈਗ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ ਔਰ ਇਹ ਵੀ ਕੁਝ ਸਮਾਨ ਡਿਸਪਲੇ ਕੀਤਾ ਹੋਇਆ ਸਰ ਹਾਂਜੀ ਸਰ ਇਹ ਰਾਮ ਜੀ ਕੁਝ ਸਾਡੇ ਕੋਲੇ ਡਿਫਰੈਂਟ ਆਈਟਮਸ ਲੱਗੇ ਆ ਵਾਸ਼ਿੰਗ ਮਸ਼ੀਨ ਦੇ ਵਿੱਚ ਜਿੱਦਾਂ ਕਿ ਅੱਜ ਕੱਲ ਵਾਸ਼ਰ ਡਰਾਇਰ ਮਾਡਲ ਆ ਰਹੇ ਆ 100% ਡਰਾਇਰ ਵਾਲੇ ਮਾਡਲ ਜੀ ਜੇਕਰ ਗੱਲ ਕਰੀਏ ਕਈ ਮੇਰੇ ਭਰਾ ਕੰਪਲੇਂਟ ਕਰਦੇ ਆ ਵੀ ਯਾਰ ਕੱਪੜਾ ਖਰਾਬ ਹੈ ਕੱਪੜਾ ਕਦੇ ਵੀ ਖਰਾਬ ਨਹੀਂ ਹੁੰਦਾ ਕੱਪੜਾ ਹਮੇਸ਼ਾ ਉਦੋਂ ਖਰਾਬ ਹੁੰਦਾ ਜਦੋਂ ਧੁੱਪੇ ਆਪਾਂ ਧੁੱਪ ਨਾਲ ਰੰਗ ਫੇਡ ਹੁੰਦਾ ਜੇਕਰ ਤੁਸੀਂ ਇਸ ਮਸ਼ੀਨ 'ਚ ਵਾਸ਼ਿੰਗ ਕਰਦੇ ਹੋ ਤਾਂ ਇਹਦੇ 'ਚ ਤੁਹਾਨੂੰ ਧੁੱਪ 'ਚ ਪਾਉਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ 100% ਡਰਾਇਰ ਵਾਲੇ ਮਾਡਲ ਹੈ ਇੱਥੋਂ ਕੱਪੜਾ ਆਫਟਰ ਵਾਸ਼ਿੰਗ ਤੋਂ ਬਾਅਦ ਤੁਸੀਂ ਵੇਅਰ ਕਰ ਸਕਦੇ ਹੋ ਵੀ ਜਿੱਦਾਂ ਤੁਸੀਂ ਇਹ ਸ਼ਰਟ ਪਾਈ ਹੈ ਇਦਾਂ ਬਿਲਕੁਲ ਡਰਾਈ ਕੱਪੜਾ ਨਿਕਲੇਗਾ ਬਿਲਕੁਲ ਰਾਮ ਜੀ ਇਹਦੇ ਨਾਲ ਕੀ ਹੈ ਜਿਹੜੇ ਵਾਸ਼ਰ ਡਰਾਇਰ ਮਾਡਲ ਹੈ ਸਾਡੇ ਕੋਲੇ ਜਿਵੇਂ 9, 5, 11, 7, 13, 8, 15, 8 ਇਹ ਕੇਜੀ ਦੇ ਵਿੱਚ ਮਾਡਲ ਆਉਂਦੇ ਹੈ ਜੀ ਇਹਦੇ ਨਾਲ ਇੱਕ ਟੌਪ ਲੋਡ ਵਾਸ਼ਿੰਗ ਮਸ਼ੀਨ ਫ੍ਰੀ ਆਉਂਦੀ ਹੈ ਜੇਕਰ ਤੁਸੀਂ ਟੌਪ ਲੋਡ ਵਾਸ਼ਿੰਗ ਮਸ਼ੀਨ ਲੈਣੀ ਹੈ ਇਹਦੇ ਨਾਲ ਤਾਂ ਲੈ ਸਕਦੇ ਹੋ ਨਹੀਂ ਲਓਗੇ ਤਾਂ ਜਿਵੇਂ ਕਸਟਮਰ ਕਹਿੰਦੇ ਯਾਰ ਅਸੀਂ ਫੁੱਲੀ ਆਟੋਮੈਟਿਕ ਪ੍ਰੀਮੀਅਮ ਮਾਡਲ ਲੈ ਰਹੇ ਹਾਂ ਅਸੀਂ ਉਹ ਕੀ ਕਰਨੀ ਹੈ ਜੀ ਤਾਂ ਉਸ ਦੇ ਨਾਲ ਤੁਹਾਨੂੰ ਇੱਕ ਐਲਜੀ ਦਾ ਮਾਈਕ੍ਰੋਵੇਵ ਇੱਕ ਸੁਜਾਤਾ ਦਾ ਜੂਸਰ ਸੁਜਾਤਾ ਦੇ ਜੂਸਰ ਦੇ ਨਾਲ ਇੱਕ ਸੁਜਾਤਾ ਦੀ ਆਇਰਨ ਉਹ ਬਿਲਕੁਲ ਅਸੀਂ ਨਾਲ ਦੇ ਰਹੇ ਹਾਂ ਤੁਹਾਨੂੰ ਫ੍ਰੀ ਆਫ ਕਾਸਟ ਜੀ ਇਹ ਵਾਸ਼ਿੰਗ ਮਸ਼ੀਨ ਦੇ ਨਾਲ ਹੈ ਇਸ ਤੋਂ ਇਲਾਵਾ ਇਸ ਦੇ ਉੱਪਰ ਅਪ ਟੂ 13,500 ਰੁਪਏ ਕ੍ਰੈਡਿਟ ਕਾਰਡ ਤੇ ਇਨਸਟੈਂਟ ਕੈਸ਼ਬੈਕ ਚੱਲ ਰਿਹਾ ਓਕੇ ਜੇਕਰ ਤੁਸੀਂ ਬਜਾਜ ਫਾਈਨਾਂਸ ਤੇ ਖਰੀਦਣਾ ਚਾਹੁੰਦੇ ਹੋ ਤਾਂ ਸਿਰਫ ਤੇ ਸਿਰਫ ਇਹਦੀ 1990 ਰੁਪਏ ਮੰਥਲੀ ਈਐਮਆਈ ਹੈ ਜ਼ੀਰੋ ਡਾਊਨ ਪੇਮੈਂਟ ਹੈ ਸਰ ਬਜਾਜ ਕਾਰਡ ਅਸੀਂ ਬਿਲਕੁਲ ਫ੍ਰੀ ਬਣਾ ਕੇ ਦੇ ਰਹੇ ਹਾਂ ਔਰ ਪੈਨ ਇੰਡੀਆ ਫਾਈਨਾਂਸ ਅਵੇਲੇਬਲ ਹੈ ਕੋਈ 30 ਕਿਲੋਮੀਟਰ ਨਹੀਂ ਕੋਈ 50 ਕਿਲੋਮੀਟਰ ਨਹੀਂ ਪੈਨ ਇੰਡੀਆ ਫਾਈਨਾਂਸ ਅਵੇਲੇਬਲ ਹੈ ਸਾਡੇ ਕੋਲ ਵਾਜੀ ਵਸੋ ਇੰਨਾ ਕੁਝ ਆਪਾਂ ਕਿਸੇ ਵੀ ਦੀਵਾਲੀ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਨਹੀਂ ਮਿਲਿਆ ਸੀ ਜੋ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਨੂੰ ਦੱਸਿਆ ਇੱਕ ਤੁਸੀਂ ਟਰਾਲੀ ਬੈਗ ਦੀ ਗੱਲ ਕੀਤੀ ਆ ਨਾਲ ਸਰ ਨੇ ਹੋਰ ਕਾਫੀ ਸਾਰਾ ਸਮਾਨ ਸਰ ਦੇ ਵਿੱਚ ਕੀ ਕੁਝ ਹੈ ਜੀ ਇੱਕ ਸਰ ਇੱਕ ਮਾਈਕ੍ਰੋਵੇਵ ਹੈ ਐਲਜੀ ਦਾ ਕਨਵੈਕਸ਼ਨ ਮਾਡਲ ਐਂਡ ਸੁਜਾਤਾ ਦਾ ਜੂਸਰ ਹੈ ਸੁਜਾਤਾ ਦੇ ਜੂਸਰ ਦੇ ਨਾਲ ਇੱਕ ਸੁਜਾਤਾ ਦੀ ਆਇਰਨ ਬਿਲਕੁਲ ਫ੍ਰੀ ਦੇ ਰਹੇ ਹਾਂ ਸਰ ਇਸ ਦੇ ਨਾਲ ਹੀ ਨਾਲ ਇੱਕ ਹੋਰ ਜੋ ਕਿ ਬਹੁਤ ਹੀ ਵਧੀਆ ਆਫਰ ਚੱਲ ਰਹੀ ਹੈ ਪੈਨ ਇੰਡੀਆ 51 ਕਰੋੜ ਰੁਪਏ ਦੀ ਪ੍ਰਾਈਜ਼ ਜੋ ਕੱਢਨੇ ਆ ਕੰਪਨੀ ਨੇ 3 ਅਕਤੂਬਰ ਤੋਂ 7 ਨਵੰਬਰ ਤੱਕ ਉਹ ਤੁਹਾਡੇ ਨੰਬਰ ਤੋਂ ਆਪਾਂ ਰਜਿਸਟਰਡ ਨੰਬਰ ਤੋਂ ਕੂਪਨ ਪਾਵਾਂਗੇ ਜੇਕਰ ਕੋਈ ਨਿਕਲਦਾ ਹੈ ਪ੍ਰਾਈਜ਼ ਸਰ ਲੱਕੀ ਡਰਾ ਕੂਪਨ ਹੈ ਤੁਹਾਡਾ ਹਰ ਐਲਜੀ ਦੇ ਪ੍ਰੋਡਕਟ ਤੇ ਪਰਚੇਜ਼ ਤੇ ਤੁਹਾਨੂੰ ਇੱਕ ਲੱਕੀ ਡਰਾ ਕੂਪਨ ਪਾਇਆ ਜਾਊਗਾ ਜੇਕਰ ਤੁਹਾਨੂੰ ਪ੍ਰਾਈਜ਼ ਨਿਕਲਦਾ ਤਾਂ ਪੈਨ ਇੰਡੀਆ ਆਫਰ ਅਵੇਲੇਬਲ ਹੈ ਯਾਨੀ ਕਿ ਇਹਦੇ ਵਿੱਚ 51 ਕਰੋੜ ਦੇ ਜਿਹੜੇ ਇਨਾਮ ਆ ਜੀ ਔਰ ਇਨਾਮ ਦੇ ਵਿੱਚ ਕੀ ਕੁਝ ਨਿਕਲਣਾ ਸਰ ਉਹ ਪੈਨ ਇੰਡੀਆ ਐਲਜੀ ਦੇ ਪ੍ਰੋਡਕਟ ਨੇ ਜਿਹੜੇ ਕਸਟਮਰ ਨੂੰ ਨਿਕਲਦੀ ਹੈ ਐਲਜੀ ਦੇ ਕਿਹੜੇ-ਕਿਹੜੇ ਪ੍ਰੋਡਕਟ ਆ ਸਰ ਉਹ ਬੰਡਲ ਆਫਰ ਨਿਕਲਦੀ ਹੈ ਉਹਦੇ 'ਚ ਇੱਕ ਸਾਈਡ ਬਾਈ ਸਾਈਡ ਫ੍ਰਿਜ ਹੈ ਐਲਈਡੀ ਹੈ ਏਸੀ ਹੈ ਆਰਓ ਹੈ ਫਰੰਟ ਲੋਡ ਵਾਸ਼ਿੰਗ ਮਸ਼ੀਨ ਹੈ ਇੱਕ ਮਾਈਕ੍ਰੋਵੇਵ ਹੈ ਜੀ ਇਹ ਕੋਂਬੋ ਨਿਕਲੇਗਾ ਜਿਹੜੇ ਵੀ ਪਰਸਨ ਨੂੰ ਨਿਕਲਦਾ ਓਕੇ ਬਾਜੀ ਬਾਈ ਯਾਨੀ ਕਹਿਣ ਤੋਂ ਭਾਵ
कि जिस तरह ਦੇ ਵਿੱਚ ਲਿਖਿਆ ਬਿਨ ਐਲਜੀ ਡ੍ਰੀਮ ਹੋਮ ਪੈਕੇਜ ਐਵਰੀ ਡੇ ਯਾਨੀ ਡੇਲੀ ਜਿਹੜਾ ਹੈਗਾ ਡੇਲੀ ਨਿਕਲਦੇ ਆ ਸਰ ਪੂਰੇ ਇੰਡੀਆ ਦੇ ਵਿੱਚ ਜਿਹੜੇ ਡੇਲੀ ਨਾਮ ਨਿਕਲਦੇ ਪਏ ਆ ਤੇ ਵੀ ਹੋ ਸਕਦਾ ਕਿ ਕੋਈ ਵੀ ਗ੍ਰਾਹਕ ਜਦੋਂ ਤੁਹਾਡੇ ਕੋਲੋਂ ਇਹ ਕੂਪਨ ਖਰੀਦਦਾ ਤਾਂ ਕਿਸੇ ਨੂੰ ਵੀ ਇਹ ਨਿਕਲ ਸਕਦਾ ਕੋਈ ਵੀ ਐਲਜੀ ਦਾ ਪ੍ਰੋਡਕਟ ਲਾਉਂਗੇ ਸਰ ਤਾਂ ਉਹਦੇ ਨਾਲ ਅਸੀਂ ਤੁਹਾਡਾ ਇੱਕ ਸਕ੍ਰੈਚ ਲੱਕੀ ਡਰਾ ਕੂਪਨ ਪਾਵਾਂਗੇ ਜੇ ਨਿਕਲਦਾ ਤਾਂ ਸਰ ਤੁਹਾਨੂੰ ਨਿਕ ਪ੍ਰਾਈਜ਼ ਮਿਲੇਗਾ ਵਾਹ ਜੀ ਵਾਹ ਸੋ ਬਹੁਤ ਸਾਰੀਆਂ ਜਿਹੜੀਆਂ ਆਫਰਸ ਨੇ ਉਹ ਇਸ ਵੇਲੇ ਸ਼ਿਵਾ ਰੈਫਰੀਜਰੇਸ਼ਨ ਉੱਪਰ ਅਵੇਲੇਬਲ ਨੇ ਤਾਂ ਤੁਸੀਂ ਦੀਵਾਲੀ ਮੌਕੇ ਇਹਨਾਂ ਸਭ ਸੁਵਿਧਾਵਾਂ ਦਾ ਫਾਇਦਾ ਲੈਣਾ ਹੈ ਔਰ ਰਾਹੁਲ ਜੀ ਜਿਸ ਤਰ੍ਹਾਂ ਕਿ ਆਪਾਂ ਇਹਨਾਂ ਦੇ ਸੁਭਾਅ ਤੋਂ ਜਾਣੂ ਹੀ ਹਾਂ ਤਾਂ ਬਹੁਤ ਮਿੱਠ ਬੋਲੜੇ ਆ ਤੇ ਬਹੁਤ ਮਿਹਨਤੀ ਵੀ ਆ ਇੰਨੇ ਮਲੋਟ ਦੇ ਵਿੱਚ ਬਹੁਤ ਇਹ ਹਰਮਨ ਪਿਆਰੇ ਆ ਜਿਨ੍ਹਾਂ ਦੇ ਹੁਣ ਤੱਕ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਸੋ ਸ਼ੋਰੂਮ ਮਲੋਟ ਦੇ ਵਿੱਚ ਇਹ ਬਣਾਇਆ ਤੋ ਜਦੋਂ ਵੀ ਕੋਈ ਗ੍ਰਾਹਕ ਆਉਂਦਾ ਤਾਂ ਬੜੇ ਪਿਆਰ ਦੇ ਨਾਲ ਸਨੇਹ ਦੇ ਨਾਲ ਉਹਨਾਂ ਨੂੰ ਇਹ ਡੀਲਿੰਗ ਕਰਦੇ ਆ ਡੀਲਿੰਗ ਵਜੋਂ ਜਿਹੜੇ ਰਾਹੁਲ ਜੀ ਉਹ ਮਲੋਟ ਦੇ ਵਿੱਚ ਜਾਣੇ ਜਾਂਦੇ ਆ ਸੋ ਹੋਰ ਵੀ ਗੱਲਾਂ ਆਪਾਂ ਸਮਝ ਲੈਂਦੇ ਆ ਤਾਂ ਸਰ ਆਪਾਂ ਗੱਲ ਕਰ ਲਈਏ ਵਾਸ਼ਿੰਗ ਮਸ਼ੀਨ ਦੀ ਜਿਵੇਂ ਤੁਸੀਂ ਵਾਸ਼ਿੰਗ ਮਸ਼ੀਨ ਦੇ ਨਾਲ ਵਾਸ਼ਿੰਗ ਮਸ਼ੀਨ ਇੱਕ ਫ੍ਰੀ ਦੇਣ ਦੀ ਗੱਲ ਕਹਿ ਦਿੱਤੀ ਆ ਬਿਲਕੁਲ ਜੀ ਬਿਲਕੁਲ ਪਰ ਜੇਕਰ ਕੋਈ ਗ੍ਰਾਹਕ ਨਹੀਂ ਲੈਂਦਾ ਤਾਂ ਇਹ ਸਾਰੇ ਸੁਜਾਤਾ ਦੇ ਇੱਕ ਸੁਜਾਤਾ ਦਾ ਅੱਛਾ ਬ੍ਰਾਂਡ ਹੈ ਐਦਾਂ ਨਹੀਂ ਕਿ ਉਹਦਾ ਤਾਂ ਕੋਈ ਟੈਂਪਰੇਰੀ ਜਿਹਾ ਬ੍ਰਾਂਡ ਕਿਸੇ ਕੋ ਨਾਲ ਲਗਾਇਆ ਇੱਕ ਸੁਜਾਤਾ ਦਾ ਜੂਸਰ ਹੈ ਸਰ ਜੂਸਰ ਮਿਕਸਰ ਗ੍ਰਾਈਂਡਰ ਐਂਡ ਕਨਵੈਕਸ਼ਨ ਮਾਈਕ੍ਰੋਵੇਵ ਐਲਜੀ ਦਾ ਹੀ ਹੈ ਜਿਹੜਾ ਬੰਦਾ ਸਪੋਜ਼ ਕਰੋ ਟੌਪ ਲੋਡ ਵਾਸ਼ਿੰਗ ਮਸ਼ੀਨ ਨਹੀਂ ਲੈਣਾ ਚਾਹੁੰਦਾ ਤਾਂ ਤੁਸੀਂ ਸਾਡੇ ਤੋਂ ਕੰਬੋ ਆਫਰ ਲੈ ਸਕਦੇ ਹੋ ਜੇ ਆਪਾਂ ਗੱਲ ਕਰ ਲਈਏ ਪ੍ਰਾਈਸਿੰਗ ਕਿੱਥੋਂ ਸ਼ੁਰੂ ਹੋ ਜਾਂਦੀ ਹੈ ਸਰ ਪ੍ਰਾਈਸਿੰਗ ਅਲੱਗ-ਅਲੱਗ ਡਿਪੈਂਡ ਕਰਦੇ ਆ ਸਰ ਮਾਡਲ ਜਿਵੇਂ ਸਾਡੇ ਕੋਲ 8 ਕੇਜੀ ਹੈ 9 ਕੇਜੀ ਹੈ 10 ਕੇਜੀ ਹੈ ਇੱਕ 11 ਕਿਸੇ ਇੱਕ ਪ੍ਰੋਡਕਟ ਦਾ ਤੁਸੀਂ ਪ੍ਰਾਈਸ ਦੱਸ ਸਕੋ 36,000 ਰੁਪਏ ਤੋਂ ਸਰ ਸਟਾਰਟ ਹੋ ਜਾਂਦੀ ਹੈ ਵਾਸ਼ਿੰਗ ਮਸ਼ੀਨ ਔਰ ਜਿਹੜੇ ਕਸਟਮਰ ਕਹਿੰਦੇ ਨੇ ਵੀ ਅਸੀਂ ਨਾਲ-ਨਾਲ ਬਲੈਂਕਟ ਵਗੈਰਾ ਵੀ ਵਾਸ਼ ਕਰਨਾ ਚਾਹੁੰਦੇ ਹੋ ਤਾਂ ਉਹ ਇਹਨਾਂ ਦੇ ਵਿੱਚ ਉਹ ਵੀ ਹੋ ਜਾਂਦੀਆਂ ਸਰ ਜਿੱਦਾਂ ਇਹ 13 ਕੇਜੀ ਵਾਲੀ ਵਾਸ਼ਿੰਗ ਮਸ਼ੀਨ ਹੈ ਤੁਸੀਂ ਬਲੈਂਕਟ ਜਿੱਦਾਂ ਮਰਜ਼ੀ ਵਾਸ਼ ਕਰ ਸਕਦੇ ਹੋ ਸਰ ਬਲੈਂਕਟ ਡਬਲ ਬੈੱਡ ਦੇ ਬਲੈਂਕਟ ਵੀ ਵਾਸ਼ ਹੋ ਜਾਂਦੇ ਜੀ ਜੀ ਸੋ ਹੁਣ ਐਲਈਡੀ ਦੀ ਗੱਲ ਕਰ ਲਈਏ ਸਰ ਬਿਲਕੁਲ ਜੀ ਬਿਲਕੁਲ ਕੀ ਕੁਝ ਖਾਸੀਅਤ ਇਸ ਵੇਲੇ ਦੀਵਾਲੀ ਮੌਕੇ ਕੀ ਕੁਝ ਚੱਲ ਰਿਹਾ ਜੀ ਐਲਈਡੀ ਤੇ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਸਾਈਜ਼ ਵਜੋਂ ਤੁਹਾਡੇ ਕੋਲ ਕਿਹੜੀ-ਕਿਹੜੀ ਐਲਈਡੀਜ਼ ਜਿਹੜੀਆਂ ਅਵੇਲੇਬਲ ਹੋਣਗੀਆਂ ਸਰ ਸਾਈਜ਼ ਦੀ ਗੱਲ ਕਰੀਏ ਸਾਹਿਬ ਆਪਣੇ ਕੋਲੇ 32 ਇੰਚ ਤੋਂ ਲੈ ਕੇ 75 ਇੰਚ ਤੱਕ ਅਵੇਲੇਬਲ ਹੈ ਸਰ ਉਹਦੇ ਵਿੱਚ ਐਚਡੀ ਟੀਵੀ ਫੁੱਲ ਐਚਡੀ ਟੀਵੀ 4K ਯੂਐਚਡੀ ਨੈਨੋ ਸੈਲ ਟੈਕਨੋਲੋਜੀ ਕਿਊਨੈਡ ਐਂਡ ਓਲੈਡ ਜਿਹੜਾ ਕੀ ਹੈ ਐਲਜੀ ਦਾ ਵਰਲਡ ਦਾ ਨੰਬਰ 1 ਟੀਵੀ ਹੈ ਸਰ ਓਲੈਡ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਸਰ ਜੀ ਪ੍ਰਾਈਸਿੰਗ ਦੀ ਵੀ ਗੱਲ ਕਰ ਲਈਏ ਸਰ ਕਿੰਨਾ ਕੁ ਪ੍ਰਾਈਸ ਹੁੰਦਾ ਡਿਪੈਂਡ ਕਰਦਾ ਸਰ ਪ੍ਰਾਈਸਿੰਗ ਜਿੱਦਾਂ ਹੁਣ ਸਾਡੇ ਕੋਲੇ ਬਹੁਤ ਜ਼ਬਰਦਸਤ ਆਫਰ ਚੱਲ ਰਹੀ ਹੈ 32 ਇੰਚ ਸੈਮਸੰਗ ਦੀ ਐਲਈਡੀ ਜੋ ਕਿ ਤੁਹਾਨੂੰ ਮਾਰਕੀਟ ਦੇ ਵਿੱਚ 16 ਤੋਂ 17,000 ਰੁਪਏ ਦੀ ਮਿਲ ਰਹੀ ਹੈ ਸਾਡੇ ਕੋਲੇ 13,490 ਰੁਪਏ ਦੇ ਵਿੱਚ ਇੱਕ ਤੁਹਾਨੂੰ ਸਫਾਰੀ ਕੰਪਨੀ ਦਾ ਟਰਾਲੀ ਬੈਗ ਬਿਲਕੁਲ ਨਾਲ ਦੇ ਰਹੇ ਹਾਂ ਸਰ 32 ਇੰਚ ਐਲਈਡੀ ਦੇ ਨਾਲ ਵੀ ਯਾਨੀ ਕਿ 13,000 ਸਮਥਿੰਗ ਅਮਾਉਂਟ ਜੋ ਤੁਸੀਂ ਦੱਸੀ ਹੈ 13,000 ਜੀ 13,490 ਰੁਪਏ 13,490 ਰੁਪਏ ਦੀ ਐਲਈਡੀ ਤੁਸੀਂ ਇੱਥੋਂ ਬਾਏ ਕਰਦੇ ਹੋ ਤਾਂ ਤੁਹਾਨੂੰ ਟਰਾਲੀ ਬੈਗ ਜਿਹੜਾ ਉਹ ਫ੍ਰੀ ਮਿਲ ਜਾਂਦਾ ਬਿਲਕੁਲ ਸਰ ਤੇ ਸਫਾਰੀ ਕੰਪਨੀ ਦਾ ਜਿਹੜਾ ਹੈਗਾ ਇਹ ਟਰਾਲੀ ਬੈਗ ਆ ਤਾਂ ਇਹਦੀ ਵੀ ਅਗਰ ਦੇਖਿਆ ਜਾਵੇ ਤਾਂ ਕੀਮਤ ਅੱਛੀ ਹੋਏਗੀ ਸਰ ਦੇਖੋ 8500 ਰੁਪਏ ਐਮਆਰਪੀ ਵਾਲਾ ਪ੍ਰੋਡਕਟ ਹੈ ਉਹ ਡਿਪੈਂਡ ਕਰਦਾ ਸਰ ਮਾਰਕੀਟ ਦੇ ਵਿੱਚ 3500 ਤੋਂ 4000 ਰੁਪਏ ਮਿਨੀਮਮ ਪ੍ਰੋਡਕਟ ਹੈ ਜੀ ਜੀ 8500 ਰੁਪਏ ਸਰ ਇਸ ਦੀ ਐਮਆਰਪੀ ਹੈ ਜੀ 8500 ਰੁਪਏ ਐਮਆਰਪੀ ਵਾਲਾ ਤੁਹਾਨੂੰ ਪ੍ਰੋਡਕਟ ਦੇ ਰਹੀ ਹਾਂ ਸਰ ਵਾਜੀ ਵਾਸੋ ਬਹੁਤ ਵਧੀਆ ਜਿਹੜੀ ਆਫਰ ਹੈ ਆਪਣੇ ਵੱਲੋਂ ਸ਼ਿਵਾ ਰੈਫਰੀਜਰੇਸ਼ਨ ਨੇ ਜਿਹੜਾ ਹੈ ਤੁਹਾਨੂੰ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਹੋ ਖਾਸ ਕਰਕੇ ਐਲਈਡੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ 32 ਇੰਚ ਜੇ ਤੁਸੀਂ ਐਲਈਡੀ ਖਰੀਦਦੇ ਹੋ ਤਾਂ ਤੁਹਾਨੂੰ ਨਾਲ ਟਰਾਲੀ ਬੈਗ ਜਿਹੜਾ ਹੈ ਸਫਾਰੀ ਕੰਪਨੀ ਦਾ ਉਹ ਬਿਲਕੁਲ ਫ੍ਰੀ ਮਿਲ ਜਾਣਾ ਸੋ ਇੱਕ ਵਾਰ ਸਰ ਆਪਾਂ ਨੂੰ ਜਿਹੜਾ ਉਹਨੂੰ ਚੁੱਕ ਕੇ ਵਿਖਾਉਂਦੇ ਪਏ ਆ ਉਹਨਾਂ ਦੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਟਰਾਲੀ ਬੈਗ ਤਾਂ ਤੁਸੀਂ ਵੇਖ ਸਕਦੇ ਹੋ ਇਹ ਟਰਾਲੀ ਬੈਗ ਤੁਸੀਂ ਇਹਨਾਂ ਦੇ ਸ਼ੋਰੂਮ ਆ ਕੇ ਪ੍ਰੋਡਕਟ ਖਰੀਦ ਕੇ ਇਹ ਤੁਸੀਂ ਫ੍ਰੀ ਲੈ ਜਾ ਸਕਦੇ ਹੋ ਦੀਵਾਲੀ ਮੌਕੇ ਉਹ ਤੁਹਾਨੂੰ ਉਪਹਾਰ ਦੇ ਰਹੇ ਨੇ ਤੁਹਾਡੇ ਪਰਿਵਾਰ ਨੂੰ ਆਪਣੇ ਵੱਲੋਂ ਦੀਵਾਲੀ ਦੇ ਵੱਲੋਂ ਇੱਕ ਗਿਫਟ ਦਿੰਦੇ ਪਏ ਦੀਵਾਲੀ ਮੌਕੇ ਬਿਲਕੁਲ ਸਰ ਹੋਰ ਤੁਸੀਂ ਕੀ ਸਮਝਾਓਗੇ ਸਾਨੂੰ ਕਿ ਸ਼ੋਰੂਮ ਦੇ ਵਿੱਚ ਹੋਰ ਕੀ ਕੁਝ ਖਾਸ ਇਸ ਤੋਂ ਇਲਾਵਾ ਜੇਕਰ ਤੁਸੀਂ ਹਰ ਬੰਦਾ ਦੇਖੋ ਜੀ ਅਗਲਾ ਕਹਿੰਦਾ ਮੈਂ ਐਲਈਡੀ ਪਤਾ ਨਹੀਂ ਅਗਲੇ ਦੇ ਮਾਈਂਡ 'ਚ ਹੁੰਦਾ ਵੀ ਕਿੰਨੀ ਕੁ ਮਹਿੰਗੀ ਹੈ ਮੈਂ ਨਹੀਂ ਲੈ ਸਕਦਾ ਇੱਕ ਸੈਲਰ ਪਰਸਨ ਹੁੰਦਾ ਜਿਹੜਾ ਬਟ ਉਹ ਬਜਾਜ ਫਾਈਨਾਂਸ ਵੱਲੋਂ ਸਰ ਇੱਕ ਬਹੁਤ ਹੀ ਵਧੀਆ ਸਕੀਮ ਚੱਲ ਰਹੀ ਹੈ 32 ਇੰਚ ਤੇ 43 ਇੰਚ ਦੀ ਸਿਰਫ ਤੇ ਸਿਰਫ 990 ਰੁਪਏ ਮੰਥਲੀ ਈਐਮਆਈ ਬਣਦੀ ਹੈ ਸਾਡੇ ਕੋਲੇ ਉਹਦੇ ਵਿੱਚ ਸਰ ਬਜਾਜ ਕਾਰਡ ਅਸੀਂ ਬਿਲਕੁਲ ਤੁਹਾਡਾ ਫ੍ਰੀ ਬਣਾ ਕੇ ਦੇਵਾਂਗੇ ਤੁਸੀਂ 32 ਇੰਚ 43 ਇੰਚ 4K UHD 990 ਰੁਪਏ ਮੰਥਲੀ ਈਐਮਆਈ ਚੱਲ ਰਹੀ ਹੈ 3 ਈਅਰ ਕੰਪਲੀਟ ਵਾਰੰਟੀ ਹੈ ਇੰਸਟਾਲੇਸ਼ਨ ਔਨ ਸਾਈਡ ਫ੍ਰੀ ਹੈ ਠੀਕ ਹੈ ਜੀ ਉਹਦੇ ਨਾਲ ਤੁਸੀਂ 43, 50, 55, 65 ਸਾਰੇ ਸਾਡੇ ਕੋਲੇ ਅਵੇਲੇਬਲ ਹੈ 55 ਤੇ 65 ਇੰਚ ਦੀ ਸਰ 1990 ਰੁਪਏ ਮੰਥਲੀ ਈਐਮਆਈ ਚੱਲ ਰਹੀ ਹੈ ਜੇਕਰ ਤੁਸੀਂ ਕੋਈ ਸੱਜਣ ਮਿੱਤਰ 75 ਇੰਚ ਜੇਕਰ ਤੁਸੀਂ ਥੀਏਟਰ ਵਾਲੀ ਫੀਲਿੰਗ ਲੈਣਾ ਚਾਹੁੰਦੇ ਹੋ ਤਾਂ 2990 ਰੁਪਏ ਦੇ ਵਿੱਚ ਆਪਣੇ ਘਰ ਤੁਸੀਂ 75 ਇੰਚ ਟੀਵੀ ਲਗਾ ਸਕਦੇ ਹੋ ਸਰ ਸਿਰਫ 3000 ਰੁਪਏ ਸਮਥਿੰਗ ਹਾਂਜੀ 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 ਸੋ ਸਰ ਹੋਰ ਅਗਰ ਆਪਾਂ ਗੱਲ ਕਰੀਏ
ਤਾਂ LEDs ਦਾ ਅਗਰ ਆਪਾਂ ਹੋਰ ਦੇਖਣਾ ਹੋਏ ਮੈਂ ਕਹੂੰਗਾ ਕੈਮਰਾਮੈਨ ਨੂੰ ਆਓ ਜੀ ਕਿ ਇੱਕ ਵਾਰ ਜਿਹੜੀ ਹੈ ਉਹ ਸਾਰੀਆਂ LEDs ਦੇ ਉੱਪਰ ਜਿਹੜੀ ਆ ਨਿਗਾਹ ਕਰਵਾ ਦਿੱਤੀ ਜਾਵੇ ਜਿਵੇਂ ਸਰ ਸਾਡੇ ਕੋਲੇ ਉਹ LG ਦਾ OLED ਜਿਹੜਾ ਕਿ ਵਰਲਡ ਦੀ ਨੰਬਰ 1 ਟੈਕਨੋਲੋਜੀ ਹੈ ਦੋ ਉੱਪਰ ਕੋਈ TV ਨਹੀਂ ਹੈ ਸਰ ਉਹ ਵੀ ਸਾਡੇ ਕੋਲੇ ਲਾਈਵ ਡੈਮੋ ਅਵੇਲੇਬਲ ਹੈ ਜੀ ਕਾਸਟ ਕਿੰਨੀ ਹੁੰਦੀ ਹੈ ਸਰ ਇਹਦੀ ਸਰ ਇਹ ਡਿਪੈਂਡ ਕਰਦਾ ਹੈ ਆਫਰਸ ਵਗੈਰਾ ਲਾ ਕੇ ਜੇ ਗੱਲ ਕਰੀਏ 1,65,000 ਰੁਪਏ ਦਾ ਪ੍ਰਾਈਸ ਹੈ ਵਿਦ ਤੁਹਾਨੂੰ ਆਫਰ ਸਾਰੀਆਂ ਸਕੀਮ ਵਗੈਰਾ ਕੱਟ ਕੇ 1,25,000 ਰੁਪਏ ਦਾ ਦੇਵਾਂਗੇ ਸਰ ਤੁਹਾਨੂੰ 50,000 ਰੁਪਏ ਦਾ ਮਾਈਨਸ ਕਰ ਦਿੱਤਾ ਜੀ 50,000 ਬਿਲਕੁਲ ਸਰ 1,65,000 ਰੁਪਏ ਦੀ ਬਿਲਿੰਗ ਹੈ ਆਫਟਰ ਡਿਸਕਾਊਂਟ ਕ੍ਰੈਡਿਟ ਕਾਰਡ ਡਿਸਕਾਊਂਟ ਹੋਰ ਇਹਦੇ ਚ ਆਫਰਾਂ ਨੇ ਸਰ ਤਾਂ ਤੁਹਾਨੂੰ 1,25,000 ਰੁਪਏ ਦੇ ਸਮਥਿੰਗ ਪਏਗਾ ਲਓ ਜੀ ਦੀਵਾਲੀ ਵੇਲੇ ਧਮਾਕੇ ਸੁਣ ਲਓ ਸ਼ਿਵਾ ਰੈਫ੍ਰਿਜਰੇਸ਼ਨ ਤੇ ਦੇਖੋ ਸਮਥਿੰਗ 50,000 ਜਿਹੜਾ ਹੈਗਾ ਉਹ ਤੁਹਾਨੂੰ ਇੱਕ ਤਰ੍ਹਾਂ ਦਾ ਡਿਸਕਾਊਂਟ ਜਿਹੜਾ ਮਿਲ ਜਾਣਾ ਬਾਕੀ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਇਦਾਂ ਨਹੀਂ ਕਿ ਤੁਸੀਂ ਆਨੇ ਹੋ ਤਾਂ ਅਸੀਂ ਕਹਿ ਦਿੱਤਾ ਤਾਂ ਤੁਸੀਂ ਉਸੇ ਚੀਜ਼ ਨੂੰ ਮੰਨ ਕੇ ਚੱਲਣਾ ਜਿਵੇਂ ਤੁਸੀਂ ਆਨੇ ਹੋ ਜਿਹੜਾ ਪ੍ਰੋਡਕਟ ਬਾਏ ਕਰਦੇ ਹੋ ਜਿਹੜੀ ਉਹਦੀ ਕੁਆਲਿਟੀ ਤੁਸੀਂ ਖਰੀਦਦੇ ਹੋ ਉਸੇ ਮੁਤਾਬਕ ਹੀ ਉਹਦੀਆਂ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਜਦੋਂ ਤੁਸੀਂ ਆਨੇ ਹੋ ਉਹਦੀ ਤੁਹਾਨੂੰ ਸਮਝ ਆਂਦਾ ਸੋ ਰਾਹੁਲ ਜੀ ਬਹੁਤ ਐਕਸਪਰਟ ਨੇ ਤਾਂ ਤੁਹਾਡੀ ਜ਼ਰੂਰਤ ਦੇ ਮੁਤਾਬਕ ਤੁਹਾਨੂੰ ਪ੍ਰੋਡਕਟ ਤੁਸੀਂ ਇਹਨਾਂ ਤੋਂ ਬਾਏ ਕਰ ਸਕਦੇ ਹੋ ਆਪੇ ਆ ਕੇ ਤੁਸੀਂ ਆਪਣੀ ਜਿਹੜੀ ਹੈ ਇਹਨਾਂ ਨੂੰ ਆਪਣੀ ਰਿਕੁਆਇਰਮੈਂਟ ਦੱਸਣੀ ਹੈ ਤਾਂ ਉਸੇ ਮੁਤਾਬਕ ਤੁਸੀਂ ਇਹਤੋਂ ਪ੍ਰੋਡਕਟ ਖਰੀਦ ਸਕਦੇ ਹੋ ਇੱਕ ਹੋਰ ਸਾਡੇ ਕੋਲੇ ਬਹੁਤ ਸਪੈਸ਼ਲ ਪ੍ਰੋਡਕਟ ਹੈ ਜਿੱਦਾਂ ਹਾਇਰ ਦੀ LED ਹੈ ਸਾਡੇ ਕੋਲੇ ਇਹ ਸਰ ਗੂਗਲ TV ਆਉਂਦੇ ਨੇ ਸਰ ਰਿਮੋਟ ਤੇ ਵੀ ਚੱਲੇਗਾ ਔਰ ਰਿਮੋਟ ਲੈਸ ਵੀ ਹੈ ਜੇਕਰ ਤੁਹਾਡਾ ਰੂਮ ਨਾਲ ਦੇ ਰੂਮ 'ਚ ਰਿਮੋਟ ਪਿਆ ਹੈ ਤਾਂ ਤੁਹਾਡਾ TV ਵਿਦਆਊਟ ਰਿਮੋਟ ਵਰਕ ਕਰੇਗਾ ਠੀਕ ਹੈ ਜੀ ਇਦਾਂ ਦੇ ਸਾਡੇ ਕੋਲੇ ਮਾਡਲਸ ਅਵੇਲੇਬਲ ਨੇ ਗੂਗਲ TV ਦੇ ਵਿੱਚ ਇਹਦੇ 'ਚ ਵੀ ਹਾਇਰ 'ਚ ਵੀ ਸਰ ਸਾਡੇ ਕੋਲੇ 32 ਤੋਂ ਲੈ ਕੇ 32 43 50 55 65 ਅਵੇਲੇਬਲ ਹੈ ਸਰ ਓਕੇ ਸਰ ਸਰ ਆਪਾਂ ਫ੍ਰੀਜ਼ਰ ਦੀ ਵੀ ਗੱਲ ਕਰ ਲਈਏ ਕਿਉਂਕਿ ਹਾਂਜੀ ਅਗਰ ਆਪਾਂ ਦੇਖੀਏ ਤਾਂ ਇਸ ਵੇਲੇ ਫ੍ਰੀਜ਼ਰ ਦੀ ਬਹੁਤ ਡਿਮਾਂਡ ਰਹਿੰਦੀ ਹੁੰਦੀ ਆ ਬਿਲਕੁਲ ਸਰ ਤਾਂ ਅੱਜ ਕੱਲ ਘਰ ਦੀ ਮੇਨ ਜ਼ਰੂਰਤ ਬਣ ਗਿਆ LED ਇੱਕ ਮਨੋਰੰਜਨ ਦਾ ਸਾਧਨ ਆ ਪਰ ਜੋ ਘਰ ਦੇ ਵਿੱਚ ਕਿਚਨ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਆ ਉਹ ਹੈ ਫ੍ਰਿਜ ਜੀ ਸਰ ਫ੍ਰਿਜ ਦੇ ਵਿੱਚ ਆਪਣੇ ਕੁਝ ਕੀ ਕੁਝ ਤੁਸੀਂ ਸਰ ਫ੍ਰਿਜ ਦੇ ਵਿੱਚ ਸਾਡੇ ਕੋਲੇ ਬਹੁਤ ਪ੍ਰੀਮੀਅਮ ਰੇਂਜ ਆ ਸਰ 165 ਲੀਟਰ ਤੋਂ ਲੈ ਕੇ ਸਾਡੇ ਕੋਲੇ 650 ਲੀਟਰ ਤੱਕ ਫ੍ਰਿਜ ਅਵੇਲੇਬਲ ਹੈ ਜੀ ਜੀ ਸਿੰਗਲ ਡੋਰ ਦੇ ਵਿੱਚ ਸਾਡੇ ਕੋਲੇ ਬਹੁਤ ਰੇਂਜ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਲੇਟੈਸਟ ਨਿਊ ਮਾਡਲ ਦੇ ਵਿੱਚ ਉਸ ਤੋਂ ਬਾਅਦ ਸਰ ਡਬਲ ਡੋਰ ਦੇ ਵਿੱਚ ਬਹੁਤ ਵਧੀਆ ਰੇਂਜ ਹੈ ਸਾਡੇ ਕੋਲੇ ਡਬਲ ਡੋਰ ਤੋਂ ਬਾਅਦ ਸਾਡੇ ਕੋਲੇ ਸਾਈਡ ਬਾਈ ਸਾਈਡ ਦੀ ਵੀ ਰੇਂਜ ਬਹੁਤ ਅਵੇਲੇਬਲ ਹੈ ਜੀ ਆਪਾਂ ਗੱਲ ਕਰੀਏ ਆਪਣਾ ਮਲਟੀ ਬ੍ਰਾਂਡ ਸ਼ੋਰੂਮ ਆ ਆਪਣੇ ਕੋਲ ਕਿਹੜੇ ਕਿਹੜੇ ਬ੍ਰਾਂਡ ਹੁੰਦੇ ਆ ਸਰ ਆਪਣੇ ਕੋਲੇ LG ਸੈਮਸੰਗ IFB ਹਾਇਰ BPL ਇਹ ਮੋਸਟਲੀ ਸਾਰੇ ਬ੍ਰਾਂਡ ਆਪਣੇ ਕੋਲੇ ਅਵੇਲੇਬਲ ਹੈ ਇਹਦੇ 'ਚ ਕੋਈ ਵੀ ਤੁਸੀਂ LED ਲੈ ਸਕਦੇ ਹੋ ਫ੍ਰਿਜ ਵਾਸ਼ਿੰਗ ਮਸ਼ੀਨ ਸਾਰੇ ਪ੍ਰੋਡਕਟ ਅਵੇਲੇਬਲ ਯਾਨੀ ਕਹਿਣ ਤੋਂ ਕੀ ਭਾਵ ਆ ਅਗਰ ਕੋਈ ਗ੍ਰਾਹਕ ਤੁਹਾਡੇ ਕੋਲ ਕੋਈ ਰਿਕੁਆਇਰਮੈਂਟ ਲੈ ਕੇ ਆਂਦਾ ਜਿਸ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਅੱਜ ਬਹੁਤ ਸਾਰੇ ਜਿਵੇਂ ਡਿਸਪਲੇ ਵਾਲੇ ਜਿਹੜੇ ਹੈਗੇ ਆ ਸਾਈਡ ਬਾਈ ਸਾਈਡ ਚੱਲ ਜਾਂਦੇ ਪਏ ਆ ਹਨਾ ਤੇ ਕਾਫੀ ਕਾਸਟ ਵੀ ਉਹਨਾਂ ਦੀ ਹੁੰਦੀ ਆ ਗੱਲ ਕਰੀਏ ਤੇ 2-2 2.5 ਲੱਖ ਰੁਪਏ ਦੀ ਉਹਨਾਂ ਦੀ ਕਾਸਟ ਹੁੰਦੀ ਆ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਲੈ ਕੇ ਤੁਹਾਡੇ ਕੋਲ ਗ੍ਰਾਹਕ ਆਂਦਾ ਤੁਸੀਂ ਵੈਲ ਕਰਾ ਸਕਦੇ ਹੋ ਸਰ ਬਿਲਕੁਲ ਅਵੇਲੇਬਲ ਕਰਾ ਸਕਦੇ ਹੋ ਰਾਮ ਜੀ ਇੱਕ ਹੋਰ ਬਹੁਤ ਵਧੀਆ ਗੱਲ ਹੈ ਸਪੋਜ਼ ਕਰੋ ਕਸਟਮਰ ਸੋਚ ਕੇ ਆਂਦਾ ਯਾਰ ਮੈਂ LG ਸੈਮਸੰਗ ਹਾਇਰ ਚ ਕਨਫਿਊਜ਼ ਹਾਂ ਕਈ ਸ਼ੋਰੂਮਾਂ ਤੇ ਹੋ ਸਕਦਾ ਉਹਨਾਂ ਕੋਲੇ ਇੱਕ ਵੈਰਾਈਟੀ ਹੁੰਦੀ ਹੈ ਸਾਡੇ ਕੋਲੇ ਮਲਟੀ ਮੈਗਾ ਮਲਟੀ ਬ੍ਰਾਂਡ ਸ਼ੋਰੂਮ ਹੈ ਸਾਡਾ ਤੇ ਹਰ ਤਰ੍ਹਾਂ ਦੀ ਤੁਸੀਂ ਕਹੋਗੇ ਯਾਰ ਮੈਨੂੰ LG ਸੈਮਸੰਗ ਕੰਪੇਅਰ ਕਰਾਓ LG ਹਾਇਰ ਕੰਪੇਅਰ ਕਰਾਓ ਜਿਹੜੇ ਬ੍ਰਾਂਡ ਦੀ ਤੁਹਾਡੀ ਚੁਆਇਸ ਹੋਊਗੀ ਸਾਡੇ ਕੋਲੇ ਸੋਨੀ ਵੀ ਅਵੇਲੇਬਲ ਹੈ ਜੇ ਕਸਟਮਰ ਕੋਈ ਕਹਿ ਦਿੰਦਾ ਵੀ ਇਦੋਂ ਹਟ ਕੇ ਕੀ ਹੈ ਤੁਹਾਡੇ ਕੋਲ ਤਾਂ ਸਾਡੇ ਕੋਲੇ ਸੋਨੀ ਵੀ ਅਵੇਲੇਬਲ ਜੀ ਸੋਨੀ TV ਜੀ ਸੋ ਸਰ ਆਪਾਂ ਹੁਣ ਗੱਲ ਕਰ ਲਈਏ ਕਿ ਹੋਰ ਪ੍ਰੋਡਕਟਸ ਜਿਸ ਤਰ੍ਹਾਂ ਨਾਲ ਤੁਸੀਂ ਵਾਸ਼ਿੰਗ ਮਸ਼ੀਨ ਦੇ ਨਾਲ ਜਿਹੜੇ ਅਦਰ ਪ੍ਰੋਡਕਟਸ ਦੀ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਉਹਦੇ ਨਾਲ ਇਹ ਪ੍ਰੋਡਕਟਸ ਦੇ ਰਹੇ ਹਾਂ ਆਪਾਂ ਤੁਸੀਂ EMIs ਬਾਰੇ ਵੀ ਦੱਸ ਦਿੱਤਾ ਕਿ ਕੋਈ ਵੀ ਤੁਸੀਂ ਪ੍ਰੋਡਕਟ ਖਰੀਦਦੇ ਹੋ ਕਿੰਨੀ ਅਮਾਉਂਟ ਦਾ ਜਿਹੜਾ ਹੈਗਾ ਪ੍ਰੋਡਕਟ ਰੇਂਜ ਤੁਸੀਂ ਸ਼ੁਰੂ ਕਰ ਸਕਦੇ ਹੋ ਫਾਈਨੈਂਸ ਅਵੇਲੇਬਲ ਹੈਗਾ ਜੀ ਫਿਰ ਅਗਰ ਆਪਾਂ ਗੱਲ ਕਰੀਏ ਕਿ ਇਹਨਾਂ ਵਾਸ਼ਿੰਗ ਮਸ਼ੀਨ ਤੋਂ ਬਾਅਦ LEDs ਤੋਂ ਬਾਅਦ ਫ੍ਰਿਜ ਦੇ ਵਿੱਚ ਤੁਸੀਂ ਕੀ ਨਾਲ ਦੇ ਰਹੇ ਹੋ ਸਰ ਫ੍ਰਿਜ ਦੇ ਨਾਲ ਇੱਕ ਸ਼ੋਰ ਗਿਫਟ ਹੈ ਸਾਡੇ ਸਟੋਰ ਵੱਲੋਂ ਬੜੇ ਡਬਲ ਡੋਰ ਜਾਂ ਸਾਈਡ ਬਾਈ ਸਾਈਡ ਆ ਉਹਨਾਂ ਦੇ ਨਾਲ ਸਰ ਸੇਮ ਸਫਾਰੀ ਕੰਪਨੀ ਦਾ ਟਰਾਲੀ ਬੈਗ ਹੈ ਨਾਲ ਇੱਕ ਸਕ੍ਰੈਚ ਕੂਪਨ ਹੈ ਠੀਕ ਹੈ ਉਹ ਸੇਮ ਸਕੀਮ ਰਹੇਗੀ ਸਰ ਟਰਾਲੀ ਬੈਗ ਔਰ ਇੱਕ ਸਾਡੇ ਕੋਲੇ ਸਕ੍ਰੈਚ ਕੂਪਨ ਹੈ ਔਰ ਜੇਕਰ ਤੁਸੀਂ ਸਾਈਡ ਬਾਈ ਸਾਈਡ ਫ੍ਰਿਜ ਲੈਣੇ ਹੋ ਤਾਂ ਉਹ ਸੇਮ ਇੱਕ ਮਾਈਕ੍ਰੋਵੇਵ ਤੇ ਸੁਜਾਤਾ ਦਾ ਜੂਸਰ ਉਹ ਕੋਂਬੋ ਸਾਈਡ ਬਾਈ ਸਾਈਡ ਫ੍ਰਿਜ ਦੇ ਨਾਲ ਹੈ ਵਾਜੀ ਵਾ ਸੋ ਦੀਵਾਲੀ ਵੇਲੇ ਇਸ ਵੇਲੇ ਤੁਹਾਡੇ ਕੋਲ ਜਿਹੜੀਆਂ ਆਫਰਸ ਤੁਸੀਂ ਸਮਝ ਰਹੇ ਹੋ ਕਿ ਸ਼ਿਵਾ ਰੈਫ੍ਰਿਜਰੇਸ਼ਨ ਤੇ ਕੀ ਕੁਝ ਆਫਰਸ ਨੇ ਬਾਕੀ ਤੁਸੀਂ ਇਹਨਾਂ ਦੇ ਸ਼ੋਰੂਮ ਆ ਸਕਦੇ ਹੋ ਔਰ ਸ਼ੋਰੂਮ ਤੇ ਆ ਕੇ ਜਿਹੜਾ ਹੈ ਤੁਸੀਂ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਸਰ ਆਪਾਂ AC ਦੀ ਵੀ ਗੱਲ ਕਰਾਂਗੇ ਵੈਸੇ ਤਾਂ ਆਫ ਸੀਜ਼ਨ ਆ ਜੀ ਜੀ ਬਟ ਜੇ ਆਪਾਂ ਗੱਲ ਕਰੀਏ ਕਿ ਜੇਕਰ ਕਿਸੇ ਨੇ AC ਲੈਣਾ ਹੋਵੇ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕੀ ਉਹਨਾਂ ਨੂੰ AC ਰਾਮ ਜੀ ਇੱਕ ਤਾਂ ਤੁਹਾਨੂੰ AC ਦੇਖ ਕੇ ਧਿਆਨ ਚ ਆਂਦਾ ਹੋਊਗਾ ਵੀ ਯਾਰ ਇਹ ਕੱਲੀ ਠੰਡੀ ਹਵਾ ਦਿੰਦਾ ਹੈ ਆਪਾਂ AC ਵਾਲੇ ਸੈਗਮੈਂਟ ਵਾਲੇ ਪਾਸੇ ਚੱਲ ਕੇ ਗੱਲ ਕਰੀਏ ਨਹੀਂ ਸਰ AC ਇਹਨਾਂ ਦਿਨਾਂ 'ਚ ਅਸੀਂ ਡਿਸਪਲੇ ਘਟਾ ਦਿੰਨੇ ਆ ਕਿਉਂਕਿ ਹੁਣ ਸੀਜ਼ਨ ਨਹੀਂ ਹੈ ਉਹਦੇ ਤੇ ਕੋਈ ਜ਼ਿਆਦਾ ਵਧੀਆ ਆਫਰਸ ਨਹੀਂ ਹੁੰਦੀਆਂ ਆਫਰ ਸਿਰਫ ਤੇ ਸਿਰਫ ਹੌਟ ਐਂਡ ਕੂਲ ਤੇ
ਜੀ ਠੀਕ ਹੈ ਸਾਡੇ ਕੋਲੇ ਜੇਕਰ ਤੁਸੀਂ ਲੈਣਾ ਚਾਹੋਗੇ ਐਲ ਜੀ ਹਾਇਰ ਬੀ ਪੀ ਐਲ ਡਾਇਕਨ ਬਲੂ ਸਟਾਰ ਅਵੇਲੇਬਲ ਹੁੰਦੇ ਹੈ ਬਟ ਇਹਨਾਂ ਦਿਨਾਂ 'ਚ ਸਰ ਉਹਨਾਂ ਦੇ ਉੱਪਰ ਆਫਰ ਨਹੀਂ ਹੁੰਦੀ ਸੋ ਇਸ ਲਈ ਅਸੀਂ ਡਿਸਪਲੇ ਘਟਾ ਦਿੰਦੇ ਹਾਂ ਸੋ ਇਸ ਵੇਲੇ ਅਸੀਂ ਮੋਬਾਈਲਸ ਦੇ ਬਾਰੇ ਦੇ ਵਿੱਚ ਸਮਝਣ ਲਈ ਆਏ ਸਰ ਮੋਬਾਈਲ ਤੇ ਕੀ ਕੁਝ ਦੇ ਰਹੇ ਆ ਆਪਾਂ ਦੀਵਾਲੀ ਸਰ ਮੋਬਾਈਲ ਫੋਨ ਜੇਕਰ ਤੁਸੀਂ ਸਾਡੇ ਕੋਲ ਜਿੱਦਾਂ ਓਪੋ ਫੋਨ ਹੈਗਾ ਜੇਕਰ ਪ੍ਰੀਮੀਅਮ ਫੋਨ ਲੈਣੇ ਹੋ ਤੁਸੀਂ 25 ਤੋਂ ਲੈ ਕੇ ਕੋਈ 40,000 ਰੁਪਏ ਤੱਕ ਰੈਨੋ ਸੀਰੀਜ਼ ਤਾਂ ਉਹਦੇ ਨਾਲ ਇੱਕ ਸਫਾਰੀ ਕੰਪਨੀ ਦਾ ਟਰਾਲੀ ਬੈਗ ਬਿਲਕੁਲ ਫ੍ਰੀ ਹੈ ਜੀ ਜੇਕਰ ਤੁਸੀਂ ਕ੍ਰੈਡਿਟ ਕਾਰਡ ਤੇ ਖਰੀਦਦੇ ਹੋ ਤਾਂ 4,000 ਰੁਪਏ ਇਨਸਟੈਂਟ ਕੈਸ਼ਬੈਕ ਹੈ ਸਰ ਓਕੇ ਇਸ ਦੇ ਨਾਲ ਨਾਲ ਹੀ 10 ਲੱਖ ਰੁਪਏ ਦਾ ਇੱਕ ਲੱਕੀ ਡਰਾਅ ਕੂਪਨ ਹੈ ਸਰ ਜੋ ਕਿ ਇਨਸਟੈਂਟ ਨਿਕਲੇਗਾ ਸਰ ਉਹਦੇ 'ਚ ਕੁਛ ਵੀ ਨਿਕਲ ਸਕਦਾ ਜਿਵੇਂ 100 ਰੁਪਏ 200 500 ਮੈਕਸਿਮਮ ਸਲੈਬ ਹੈ ਜਿਹੜੀ ਉਹ 10 ਲੱਖ ਰੁਪਏ ਦੀ ਹੈ ਜੀ ਜੇਕਰ ਐਦਾਂ ਵੀ ਹੁੰਦਾ ਖਾਲੀ ਵੀ ਚਲਾ ਜਾਂਦਾ ਸਰ ਬਿਲਕੁਲ ਜੀ ਬਿਲਕੁਲ ਬਿਲਕੁਲ ਖਾਲੀ ਵੀ ਚਲਾ ਜਾਂਦਾ ਸੋ ਸਰ ਆਪਾਂ ਮੋਬਾਈਲਸ ਦੀ ਹੋਰ ਵੀ ਤੁਸੀਂ ਨਾਲ ਸਰ ਸਾਡੇ ਸਟੋਰ ਵੱਲੋਂ ਜਿੱਦਾਂ ਇੱਕ ਪ੍ਰੀਮੀਅਮ ਫੋਨ ਤੇ ਇੱਕ ਸਫਾਰੀ ਦਾ ਟਰਾਲੀ ਬੈਗ ਹੈ ਔਰ ਜਿਹੜੀ ਨਾਰਮਲ ਸੀਰੀਜ਼ ਲੈਣੇ ਹੋ ਜਿਵੇਂ 15,000 ਤੋਂ 20,000 ਰੁਪਏ ਦੇ ਵਿੱਚ ਇੱਕ ਨਾਲ ਬਲੂਟੁੱਥ ਸਪੀਕਰ ਦੇ ਰਹੇ ਹਾਂ ਸਰ ਇੱਕ ਨਾਲ ਸਫਾਰੀ ਕੰਪਨੀ ਦਾ ਹੈਂਡਬੈਗ ਦੇ ਰਹੇ ਹਾਂ ਜੋ ਕਿ ਬਹੁਤ ਹੀ ਵਧੀਆ ਬੈਗ ਹੈ ਸਰ ਜੀ ਸੋ ਬਹੁਤ ਵਧੀਆ ਆਫਰਸ ਨੇ ਜੋ ਇਸ ਵੇਲੇ ਸ਼ਿਵਾ ਰੈਫਰੀਜਰੇਸ਼ਨ ਤੇ ਰਾਹੁਲ ਜੀ ਵੱਲੋਂ ਦਿੱਤੀਆਂ ਜਾਂਦੀਆਂ ਪਈਆਂ ਸੋ ਤੁਸੀਂ ਦੀਵਾਲੀ ਮੌਕੇ ਆਪਣੇ ਨਾਲ ਆਪਣੇ ਪਰਿਵਾਰ ਨੂੰ ਜਾਂ ਆਪਣੇ ਫਰੈਂਡਸ ਨੂੰ ਸ਼ੋਰੂਮ ਜ਼ਰੂਰ ਲਿਆਉਣਾ ਹੈ ਔਰ ਜੋ ਵੀ ਇਹਨਾਂ ਨੇ ਆਪਣੇ ਵੱਲੋਂ ਤੁਹਾਨੂੰ ਆਫਰਸ ਜੋ ਦੀਵਾਲੀ ਮੌਕੇ ਦਿੱਤੀਆਂ ਨੇ ਉਹਨਾਂ ਤੁਸੀਂ ਬੈਨੀਫਿਟ ਲੈਣਾ ਇੱਕ ਸਰ ਆਪਾਂ ਕੈਸ਼ਬੈਕ ਦੀ ਗੱਲ ਕਰਦੇ ਹੁੰਨੇ ਆ ਕੈਸ਼ਬੈਕ ਜਿਹੜੇ ਆਪਾਂ ਗੱਲ ਕਰੀ ਕਿ ਅਗਰ ਕੋਈ ਕ੍ਰੈਡਿਟ ਕਾਰਡ ਦੇ ਉੱਤੇ ਬਾਏ ਕਰਦਾ ਤਾਂ ਤੁਹਾਡੇ ਕੋਲ ਕਿਹੜੇ-ਕਿਹੜੇ ਕ੍ਰੈਡਿਟ ਕਾਰਡ ਦੇ ਜਿਹੜੇ ਕੈਸ਼ਬੈਕ ਅਵੇਲੇਬਲ ਔਰ ਕਿੰਨੇ ਸਰ ਉਹ ਡਿਪੈਂਡ ਕਰਦਾ ਹੈ ਹਰ ਵੀਕ ਦੇ ਵੀ ਮੋਸਟਲੀ ਹੁਣ ਫੈਸਟੀਵਲ ਸੀਜ਼ਨ ਹੈ ਸਰ ਸਾਰੇ ਕਾਰਡ ਦੇ ਉੱਪਰ ਆਫਰ ਚੱਲ ਰਹੀ ਹੈ ਜਿੱਦਾਂ HDFC ਹੈ SBI ਹੈ ਐਕਸਿਸ ਹੈ ਬੈਂਕ ਆਫ ਬੜੌਦਾ ਹੈ ਮੋਸਟਲੀ ਫੈਸਟੀਵਲ ਸੀਜ਼ਨ 'ਚ ਰਾਮ ਜੀ ਹਰੇਕ ਤਰ੍ਹਾਂ ਦਾ ਕ੍ਰੈਡਿਟ ਕਾਰਡ ਐਪਲੀਕੇਬਲ ਹੁੰਦਾ ਹੈ ਓਕੇ ਆਫਟਰ ਸੀਜ਼ਨ ਤੋਂ ਬਾਅਦ ਹੁੰਦਾ ਉਹ ਹਰ ਵੀਕ ਤੇ ਵੀਕ ਸਕੀਮਾਂ ਚੇਂਜ ਹੁੰਦੀਆਂ ਨੇ ਕਿਸੇ ਹਫਤੇ ਕਿਸੇ ਕਾਰਡ ਤੇ ਆਫਰ ਹੁੰਦੀ ਹੈ ਕਿਸੇ ਹਫਤੇ ਤਾਂ ਅਸੀਂ ਪਹਿਲਾਂ ਕਸਟਮਰ ਨੂੰ ਦੱਸ ਦਿੰਦੇ ਹਾਂ ਸਰ ਤੁਹਾਡੇ ਕੋਲ ਆਹ ਕਾਰਡ ਹੈ ਬੇਸ ਤੇ ਅੱਜ ਜਿੱਦਾਂ ਆਪਾਂ ਗੱਲ ਕਰੀਏ ਵਾਸ਼ਿੰਗ ਮਸ਼ੀਨ ਫਰੰਟ ਲੋਡ ਦੀ ਤਾਂ ਅਪ ਟੂ 13,500 ਰੁਪਏ ਇਨਸਟੈਂਟ ਕੈਸ਼ਬੈਕ ਹੈ ਸਰ ਜੀ ਤਾਂ ਅਗਰ ਆਪਾਂ ਪਰਸੈਂਟ ਵਾਈਜ਼ ਗੱਲ ਕਰੀਏ ਤਾਂ ਕਿੰਨੇ ਕੋ ਹਾਇਰ ਸਰ ਉਹ ਅਪ ਟੂ 22% ਸਰ ਜੀ ਸਾਡੇ ਮਤਲਬ 22% ਤੁਹਾਨੂੰ ਹੱਥੋਂ ਹੱਥ ਜਿਹੜਾ ਕੈਸ਼ਬੈਕ ਮਿਲ ਜਾਂਦਾ ਬਿਲਕੁਲ ਇਨਸਟੈਂਟ ਸਰ ਪਹਿਲਾਂ ਹੁੰਦਾ ਸੀ 90 ਦਿਨਾਂ ਬਾਅਦ ਕੈਸ਼ਬੈਕ ਆਂਦਾ ਸੀ ਹੁਣ ਇਨਸਟੈਂਟ ਨਾਲ ਦੀ ਨਾਲ ਹੀ ਕੱਟਿਆ ਜਾਏਗਾ ਜੋ ਕੈਸ਼ਬੈਕ ਕੱਟ ਕੇ ਹੀ ਤੁਹਾਡੇ ਤੋਂ ਅਸੀਂ ਅਮਾਉਂਟ ਲਵਾਂਗੇ ਵਾਹ ਜੀ ਵਾਹ ਸੋ ਸਰ ਹੁਣ ਤੁਹਾਡਾ ਮੋਬਾਈਲ ਨੰਬਰ ਐਡਰੈਸ ਸ਼ੋ ਕਰ ਜੀ ਸਰ ਸਾਡਾ ਸ਼ੋਰੂਮ ਦਾ ਐਡਰੈਸ ਹੈ 올ਡ ਤਹਿਸੀਲ ਰੋਡ ਆਪੋਜ਼ਿਟ ਰਾਜ ਦੀ ਚੱਕੀ ਸ਼ਿਵਾ ਰੈਫਰੀਜੇਸ਼ਨ ਮਲੋਟ ਮੋਬਾਈਲ ਨੰਬਰ ਨੀਚੇ ਸਕਰੀਨ ਤੇ ਚੱਲ ਰਿਹਾ 98034 12500